ਹਲੇ ਘੰਟੇ ਰਸਤਾ ਪਿਆ ਪੂਰਾ ਤੇ 11 ਵੱਜ ਜਾਣੇ ਆ ਅਸੀਂ ਮੰਮੀ ਹੋਣਾ ਕੋ ਚੱਲੇ ਆ ਐਮਰਜੈਂਸੀ ਜਾਣਾ ਪਿਆ ਉੱਥੇ ਤੇ ਹੁਣ ਜਾਣ ਦੇ ਆ ਬਸ ਲੱਗਣਾ ਹਲੇ ਘੰਟਾ ਨਿਆਣੇ ਵਿਚਾਰੇ ਜਸਲੀਨ ਇੱਤੇ ਗੋਦੀ ਚ ਸੁੱਤੀ ਪਈ ਚੱਕ ਲਿਆਂਦੀ ਦੱਸ ਤੂੰ ਸਵੇਰੇ ਜਾਇਆ ਸੁੱਤੀ ਪਈ ਚੱਕ ਕੇ ਜਸਲੀਨ ਨੂੰ ਵੀ ਲਿਆਉਣਾ ਪਿਆ ਸਹਿਜ ਨੂੰ ਵੀ ਲਿਆਉਣਾ ਪਿਆ ਸਹਿਜ ਵਿਚਾਰੇ ਨੂੰ ਚੋਕਲੇਟ ਲੈ ਕੇ ਦਿੱਤੀ ਫੇਰ ਬਿਠਾਇਆ ਗੱਡੀ ਚ ਜਾਂਦੀ ਨਹੀਂ ਸੀ ਤੇ ਜਾ ਹੋ ਸਕਦਾ ਹੀ ਸੀਗਾ ਤੈਨੂੰ ਹੁਣ ਪਾਹਾ ਪਿਆ ਸੀ ਕੋਈ ਹੁਣੀ ਹੁਣੀ ਜਾ ਕੇ ਤੂੰ ਕੀ ਕਰ ਲੈਣਾ ਉੱਥੇ ਜਾਣਾ ਹੀ ਪੈਣਾ ਹੀ ਤੁਹਾਨੂੰ ਪਤਾ ਤਾਂ ਹੈ ਬਸ ਹੁਣ ਜਾਣਦੇ ਆ ਅਸੀਂ ਪਹੁੰਚਣ ਵਾਲੇ ਹੀ ਆ ਬਸ ਪਰ ਘੰਟਾ ਕੁ ਲੱਗ ਜਾਣਾ ਹਲੇ ਵੀ ਕਿਉਂਕਿ ਅਸੀਂ ਹਲੇ ਬਾਜ਼ਾਰ ਚੋਂ ਮਤਲਬ ਕਿ ਘਰ ਆਪਣੇ ਦੇ ਗਲੀਆਂ ਚੋਂ ਨਿਕਲੇ ਹੀ ਆ ਤੇ ਹੁਣ ਪਹੁੰਚਦੇ ਆ ਦੇਖ ਜੀ ਕੀ ਸਿਸਟਮ ਆ ਬਸ ਚਾਰ ਬਜੇ ਸੋਇਆ ਤੂੰ ਸੋਨੀ ਪੋਲਾ ਪੋਤਾ ਹਲੇ ਘੰਟਾ ਲੱਗ ਜਾਣਾ चार साल बाद मामे मिली है जी इधर मामा तुम देखे हो मामा तो इस टाइम कुलदीप माणक लगन दे ਐਨਕਾਂ ਲੱਗਦਾ ਹੈ ਟੀਚਰ ਲੱਗਦਾ ਪਿਆ ਨਿਗਾਹ ਬਹੁਤ ਘਟ ਗਈ ਮੇਰੀ ਯਾਰ ਐਨਕਾਂ ਲੱਗਦੀਆਂ ਕਿੰਨੀ ਸੈਲਰੀ ਮਮਾ ਹਾਂ ਕਿੰਨੀ ਸੈਲਰੀ ਟੀਚਰ ਦੀ ਸੈਲਰੀ ਕਿੰਨੀ ਹੈ ਰਿਟਾਇਰ ਹੋ ਗਿਆ ਨਹੀਂ ਹੋ ਗਿਆ ਰਿਟਾਇਰ ਨਹੀਂ ਆਦਾ ਹੁਣਾ ਰਿਟਾਇਰ ਹੋਇਆ ਨਾਲ ਦੇ ਲਾਗੇ ਪੈਨਸ਼ਨ ਕਿ ਨਹੀਂ ਪੈਨਸ਼ਨ ਤਾਂ ਲੱਗੀ ਆ ਅੱਛਾ ਅੱਛਾ ਚੱਲ ਵਧੀਆ मेला देख गए लत गवा के बह गए अपनी गड्डी साइड मार गए ਅਜੀ ਇਧਰ ਤੋਲੇ ਬਣੇ ਆ ਜਿੱਦਾਂ ਰੋਲੇ ਇਦਾਂ ਤੋਲੇ ਨੇ ਉਧਰ ਗੱਡੀ ਮੈਂ ਕਰੈਸ਼ਰਡ ਦੇਖਿਆ ਅਗਰ ਜਾ ਰੁਕ ਜੰਨੇ ਆ ਅੱਛਾ ਆਈ ਇੱਕ ਸਾਈਡ ਤੇ ਹੋ ਰੋ ਕੇ ਲੱਤ ਮੇਰੀ ਆ ਥੱਲੇ ਆ ਤਾਂ ਮੇਰੀ ਲੱਤ ਮੋਟਰਸਾਈਕਲ ਦੇਤੇ ਆ ਆ ਮੋਟਰਸਾਈਕਲ ਬੰਦ ਕੀਤਾ ਸੀ ਅੱਛਾ ਫੜਿਆ ਹੀ ਗਿਆ ਦੂਗਾ ਹੁਣ ਸਾਨੂੰ ਮੋੜੇ ਲੈ ਗਏ ਜਾਂ ਸੀ ਹਾਂ ਉਹ ਦੇਦਾ ਰਿਹਾ ਜਿੱਦਾਂ ਲੈ ਦੇ ਰਿਹਾ ਇਦਾਂ ਮੇਰੇ ਮੋੜੇ ਬਲੇ ਗਏ ਹਾਂ ਚਾਹ ਹਾਂ ਸ਼ਾਨਾ ਕਦੀ ਹੱਡੀ ਟੁੱਟ ਗਿਆ ਉਹ ਸ਼ੈਲ ਹੋ ਗਏ ਆਮ ਲੱਤ ਦਾ ਪਟਾ ਸੈਰ ਨੇ ਪੀਣੀ ਚਾਹ ਠੰਡੀ ਕਾਫੀ ਹਲੋ ਚੌਲ ਬਣਾ ਲਓ ਇਦਾਂ ਕਰਦੀਆਂ ਹੁੰਦੀਆਂ ਹੁਣ ਕੌਣ ਕਰਦਾ ਕੋਈ ਵੀ ਨਹੀਂ ਕਰਦਾ ਹੁੰਦੇ ਘਰ ਬੜਾ ਵੱਡਾ ਹੈ ਉੱਥੇ ਛੋਟੇ ਬਣੇ ਬੜਾ ਹੁਣ ਨਾਨਕੇ ਵੀ ਹੋ ਰਹੇ ਤੇ ਬੰਦੇ ਵੀ ਨਹੀਂ ਹੋ ਰਹੇ ਅੱਜ ਕੱਲ ਪਿਆਰ ਨਹੀਂ ਹੋ ਰਿਹਾ ਅੱਜ ਕੱਲ ਪਿਆਰ ਰਹਿ ਗਿਆ ਪੈਸੇ ਦਾ ਬਸ ਪੈਸਾ ਫੇਕ ਤਮਾਸ਼ਾ ਦੇਖ ਪੈਸਾ ਫੇਕ ਰਿਸ਼ਤੇਦਾਰ ਦੇ ਜੇ ਕੋਈ ਪੈਸੇ ਦੇ ਦੂਗਾ ਚੰਗਾ ਆ ਜਿੱਦਨ ਉਹ ਨਾ ਕਰਦੀ ਉਹ ਸਾਰੇ ਸਾਨੂੰ ਹੀ ਭੁੱਲ ਜਾਂਦੇ ਆ ਉਹਦਾ ਹੈਗਾ ਹੀ ਉਹ ਤਾਂ ਸੂਟਾਂ ਦੇ 1 ਰੁਪਿਆ ਰੱਖ ਦਿੰਦੇ ਹੁੰਦੇ ਹੁਣ ਸਗਾਂ ਦੇ ਆ ਜਾ ਹੁਣ 1 ਲੱਖ ਰੱਖ ਦੋ ਤਾਂ ਹੀ ਮੁਸਿੰਦਾ ਹੁੰਦਾ ਤਾਂ ਹੀ ਮੁਸਿੰਦਾ ਹੁੰਦਾ ਤੇ ਆਪਾਂ ਇਹ ਜੇ ਨਾਨਕੀ ਸ਼ੱਕ ਆ ਮੁੰਡੇ ਦਾ ਵਿਆਹ ਆ ਇਹਦਾ ਵਿਆਹ ਤਾਂ ਦੋ ਬੜੀ ਥੱਲੇ ਵਿਚਾਰੇ ਨੇ ਕੁੜੀ ਦੇਖੀ ਨਹੀਂ ਵਿਆਹ ਦੇ ਲਈ ਤਾਂ ਫੋਟੀ ਇਹਦੀ ਐ ਫੋਟੀ ਆ ਮੈਨੂੰ ਕਹਿੰਦੇ ਬਜੋਲਣ ਪਾਣਾ ਬਾਬੇ ਦੀ ਬਜੋਲਣ ਪਾਣਾ ਜੀ ਕਿਹੜਾ ਵਾਗਰ ਕੇ ਲੈ ਆਉਂਦੀ ਬਾਬਾ ਬੁੱਢੀ ਆ ਚਾਚਾ ਨਹੀਂ ਗੰਨ ਲਓ ਜੀ ਬਜੋਲਣ ਬਣ ਜੋ ਆ ਜਿਹੜਾ ਰਿਸ਼ਤਾ ਨੂੰ ਕੋਈ ਨਾ ਕੋਈ ਗੱਲ ਨਹੀਂ ਮੁੰਡੇ ਨੂੰ ਬਾਹਰਲਾ ਰਿਸ਼ਤਾ ਚਾਹੀਦਾ ਜੀ जसू सा ਹੌਣ ਕੌਣ ਹੌਣ ਤਾਂ ਪਾਸੇ ਪਾਸੇ ਭਾਂਜੇ ਰਹਿੰਦੇ ਆ ਪੰਜਾਬ ਦੀ
ਦੇਖੋ ਜੀ ਅਮਨ ਦੇ ਡੈਡੀ ਦੇ ਹੱਥਾਂ ਦੀਆਂ ਪੁਣੀਆਂ ਦਰੀਆਂ ਮੈਂ ਲੈ ਕੇ ਜਾਣੀ ਇੱਕ ਡੈਡੀ ਲੈ ਕੇ ਤਾਂ ਗਈ ਨੀ ਕੋਈ ਆਪਣੇ ਲਈ ਇੱਕ ਯਾਦਗਾਰ ਲੈ ਕੇ ਜਾਣੀ ਪੇਟੀ ਹੁਣ ਲਿਆਂਦੀ ਨਾ ਉਧਰੋਂ ਭਾਵੇਂ ਦੋ ਲੈ ਜੀ ਲੈ ਕੇ ਜਾਣੀ ਆ ਡੈਡੀ ਕੱਢ ਲਾ ਇੱਕ ਹੁਣੇ ਕੱਢ ਲਾ ਤਾਂ ਡੈਡੀ ਦੇ ਹੱਥਾਂ ਦੀਆਂ ਕੱਢ ਲਾ ਇੱਕ ਯਾਦ ਤਾਂ ਰਹੂਗੀ ਡੈਡੀ ਨਿਸ਼ਾਨੀ ਤਾਂ ਹੋਵੇ ਉਹ ਹੀ ਨਿਸ਼ਾਨੀ ਤਾਂ ਹੋਣੀ ਚਾਹੀਦੀ ਆ जो मेरे को आई है बस आई डैडी मेरा दरिया बुनता मैं दिखाई तो कभी है नहीं अज दिखाई है दस्यो जी अमन के डैडी की हथा की कलाकारी है मशीनी काम आ गया दरी भी देख नी सोहनी कलरफुल पुराने सूटा दी जेडे सूट छेड़ दे तो बनने टाइम बहुत लगता हूं सानू पुछना पे सारे ने लड़िया का तू की गल हुई चक्कर पै गया जेड़ा फ्रैंक आ ना चंगी तरह करया करो जां एक दूजे सिर सुर पाड़िया करो ए फ्रैंक तुहाडे छोटे मोटे ही है ज्यादा चूंडा चांडा फड़ के घरी सोया तू दे पता लगे पता तो लगे नौ आई है इदा थोड़ी पता लगता चार पिंडा च पता तो लगे नौ आई चेहरे तो देख के कह दिता था इदा होती फिर बहुत कम फिर लड़ाई नेट से थोड़ी पानी सी लड़ाई कैमरा थोड़ी लड़ाई लो जी हासा मजाक ही सीगा इन्हां दा बाकी कोई गल नहीं लड़ाई अहीं करा के जावांगे हुण चंगी तरह इधर बन रहा रोटी पानी रोटी बन गई है पानी का गिलास दे मैनू चाह तो मिली नहीं दुध पा दे मेरा ब्याह हो गया
लोरी दे भांडे धोआ धोई हो रही है, मामा धियां लगिया है। दस्यो कमेंट बॉक्स में कि लग रही दुनिया चादर चक ली पर खानी है डैडी ने सीती है लैके आने कुड़िए जसो की गाना पता मामे कुड़ी साडी मामे दे आई आ मामा मामा ही होई आ मामे साले सब कठे होए मामे साले जीजे सब कठे होए सारिया गाला कटिया हो गया मामे साले जीजे बैटरी लो हो गई जी खड़ी की सारे मेनू कहते भाभी समझा के आओ ताड़ी भाभी ना मम्मी ने लड़ गए ये लड़िया नहीं सी बई तुसी इन्ना ना करो नहीं लड़दिया है जस्ट मजाक इन्होंने किया सारे मेरे मेरे बॉक्स में भी कमेंट आई है कि दीदी उन्होंने समझा के आओ कि लड़े लड़दिया बहुत आ रोटी खानी में बड़िया बढ़िया है आप आए से अज तो कोई लड़ी लुड़ी नहीं है दोनों आनिया सुलह करवाती असि ऐदां दी कोई गल बात नहीं सी हुण सुलह नहीं करवाई पहला ही सुलह सी इह आपां तां आ के देखिआ कि सच्ची सुलह है कि लड़न दीआं हुण आपां चलने आ जी साजू नूं आ गई सी हां जी लड़दे तुम भी चले हल मामा जी कहते अभी भी चले लड़दिया बहुत आए मेटे चूल सीधी मेटे बार लड़ाई हल है कहती घर बार लड़ाई 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 लड़ते हो मेरे ना बेटे मम्मी ने गड़ीख ले लेना तेनू तो अगे बोलना चाहते हो इतना जो बम्बाल मचा हुआ है आज कि क्या कुछ कहना चाहते हो आप तुम कहना चाहते हो कुछ मेरी जगह मेरे लेके जांदे आ परे हटो चंगा ये होए करदे परे हटो चलो जी चंगा मामा फिर चंगा राजी लो थोड़ी जी कुड़ी मिल जाए फटाफट तू करना रहा तू पढ़ना हां पढ़ ए इस्ता करो कितना पढ़िया पढ़िया तो मैं बस बात तू की पहला कह लगा ही पांच केला कमा नौकरी बात करी जाई छड़ियां काम करता छड़ियां लाते जैसा नले तैयार है कुड़ी नसी छड़ी जाड़ी कुड़ी नु चक ला च नले किधर गई कौन अजय अंदर ही कल चल सी आज ने नहीं जाना चलो ठीक है सारे बाय बाय कोई नहीं रवांगे फिर सुती पई जराब हो जी सोदे तेरी कोदी अक करके जसो उठ गया मेरा पुत्र हां एक सट लिए उठ के अब तेरी नहीं कर
ਚੱਲ ਸਾਜੂ ਪੁੱਤ ਪੈ ਜਾ ਅਜੇ ਕੁੱਤਾ ਘੁੰਮਦਾ ਨੀ ਕਰ ਰਿਹਾ ਕਿ ਮਰਿਆ ਸੀ ਵਿਚਾਰ ਉਹ ਸਹੀ ਕਰ ਦਿੱਤਾ ਸੀ ਰੋਟੀ ਰੋਟੀ ਪਾ ਦਿਆ ਕਰ ਉਹਨੂੰ ਮੈਂ ਕਿਹਾ ਪਾਈ ਉਹਨੂੰ ਸਹੀ ਕਰਤਾ ਡਰ ਗਿਆ ਸੀ ਸਾਰਾ ਹੀ ਉਹ ਠੀਕ ਆ ਜੀ ਆਪਾਂ ਹੁਣ ਚੱਲੇ ਆ ਜੀ ਓਕੇ ਬਾਏ ਸਾਰਿਆਂ ਨੂੰ ਤੇ ਮਿਲਦੇ ਆ ਇੱਦੀ ਤੁਸੀਂ ਸਾਰਿਆਂ ਨੂੰ ਵਲੌਗ ਨਾਲ ਬਣੇ ਰਹੋ ਉੱਥੇ ਆਂਟੀ ਹੁਣੀ ਖੜੀਆਂ ਆ ਕਿ ਤਿੰਨ ਜਣੇ ਬਾਲਣ ਚ ਕੋਨੂੰ ਤੇ ਬਾਲਣ ਚ ਕੋਨ ਚੱਲ ਰਹੇ ਆ ਚਲੋ ਚਕਾਇਓ ਬਚਾਰੀ ਬਾਲਣ ਦੇ ਕੋਨ ਦੇ ਉਹ ਡੰਡੇ ਬਣਾਉਂਦਾ ਉਹ ਆਂਟੀ ਹੁਣੀ ਖੜੀਆਂ ਆ ਉਹ ਗਏ ਤੇ ਪਾਉਣਾ ਬੇਚਾਰੇ ਬਣ ਕਦੋਂ ਦੇ ਖੜੇ ਆ ਕੋਈ ਨਹੀਂ ਰੁਕਿਆ ਬਾਲਣ ਚ ਕੋਨ ਇਹ ਗਏ ਤੇ ਕੋਨ ਗਏ ਆਂਟੀ ਹੁਣੀ ਵਿਚਾਰਿਆਂ ਨੂੰ ਹੁਣ ਇਹਨਾਂ ਨੇ ਚਗਾਇਆ ਤੇ ਹੁਣ ਗਏ ਬਾਲਣ ਲੈ ਗਏ ਆ ਗਿਆ ਇਹ ਕਹਿੰਦੇ ਅੱਬ ਗਾ ਜਖਰ ਸਾਰਾ ਦਿਨ ਇੱਥੇ ਬਹਿਣਾ ਪੈਣਾ ਹਾਂ ਕਹਿੰਦੇ ਸਾਨੂੰ ਆਸ ਨਹੀਂ ਸੀ ਗੱਡੀ ਵਾਲਾ ਰੁਕ ਜਾਊਗਾ ਦੱਸ ਅਗੇ ਆਪਾਂ ਵੀ ਤਾਂ ਇਦਾਂ ਹੀ ਆ ਅਸੀਂ ਵੀ ਗਏ ਇਦਾਂ ਹੀ ਆ ਅਸੀਂ ਗੱਡੀ 'ਚ ਬਸ ਉੱਧਰ ਲੈ ਲਈ ਆ ਕਿ ਨਿਆਣਿਆਂ ਲਈ ਬਸ ਤੇ ਬਾਕੀ ਅਸੀਂ ਮਾਤਮ ਮੈਂ ਕਿਹਾ ਸਭ ਨੂੰ ਗੱਡੀਆਂ ਨੇ ਕਰੇ ਉਹ ਵੀ ਨਹੀਂ ਜਾਣਦੀਆਂ ਨਾਲ ਜਿਹੜਾ ਗੱਡੀ 'ਚ ਹੋਵੇ ਜ਼ਰੂਰੀ ਥੋੜੀ ਉਹ ਇਦਾਂ ਦਾ ਹੀ ਹੁੰਦਾ ਹੈ ਨਾ ਘਰ ਐਂਟਰੀ ਕਰ ਲਈ ਆ ਦੇਖਦੇ ਮੰਮੀ ਹੁਣ ਕੀ ਕਰਦੇ ਆ ਘਰ ਦੇ ਵਿੱਚ ਐਂਟਰੀ ਪਹੁੰਚ ਚੁੱਕੇ ਆ ਅਸੀਂ ਘਰ ਲਓ ਜੀ ਪਹੁੰਚ ਗਏ ਆ ਘਰ ਜਾਏ ਆ ਜੀ ਬਾਂਡੇ ਸੁੰਡੇ ਤੇ ਇੱਧਰ ਸੈਜ ਦੀ ਫਰਾਕ ਦੇਖੋ ਕਿੰਨੀ ਘੈਂਟ ਲੱਗ ਰਹੀ ਆ ਦੀਦੀ ਹੁਣ ਲੈ ਕੇ ਇੰਗਲੈਂਡ ਤੋਂ ਬੜੀ ਸ਼ਾਨਦਾਰ ਫਰੋਕ ਲੱਗੀ ਆ ਥੈਂਕ ਯੂ ਤੇ ਇੱਕ ਗਿਫਟ ਹੋਰ ਬਹੁਤ ਘੈਂਟ ਲੈ ਕੇ ਆਇਆ ਉਹ ਵੀ ਤੁਹਾਨੂੰ ਦੱਸਾਂਗੇ ਦੱਸ ਵਲੌਗ ਵਿੱਚ ਦੱਸਾਂਗੇ ਹਜੇ ਤੱਕ ਸਾਡੇ ਤੋਂ ਪਹੁੰਚਣਾ ਵਾਓ ਜੱਸੂ ਦੇ ਬੂਟ ਕਿੰਨੇ ਸ਼ਾਨਦਾਰ ਆਏ ਆ ਇਹ ਵੀ ਦੀਦੀ ਲੈ ਕੇ ਆਇਆ ਉੱਥੋਂ ਇਹ ਇਹ ਮੈਨੂੰ ਲੱਗਦਾ ਉੱਥੋਂ ਹੀ ਲਿਆਂਦੇ ਆ ਕਿੱਧਰੋਂ ਲਏ ਕਹਿੰਦੀ ਮੇਰੇ ਆ ਆ ਇਹ ਉਹਦੇ ਆ ਜੱਸੂ ਉਹਦੇ ਸ਼ਾਇਦ ਹੀ ਆ ਪੁੱਤੇ ਉਹਦੇ ਆ ਜਰਾਬਾਂ ਆ ਹੈਗੀ ਆ ਜੀ ਮੇਰੇ ਡੈਡੀ ਦੇ ਹੱਥਾਂ ਨਾਲ ਬੁਣੀਆਂ ਦਰੀਆਂ ਇਹ ਮੈਂ ਲੈ ਕੇ ਆਈ ਡੈਡੀ ਦੀ ਨਿਸ਼ਾਨੀ ਹੋਰ ਚਟਾਈ ਥੋੜੀ ਆ ਚਟਾਈ ਚਾਦਰ ਹੀ ਹੋਵੇ ਓਹੋ ਯਾ ਚਟਾਈ ਵਰਗੀ ਆ ਦਰੀਆਂ ਆ ਇਹ ਡੈਡੀ ਇਹਦਾ ਬੁਣਦਾ ਹੁੰਦਾ ਪਹਿਲੇ ਇਦਾਂ ਨਹੀਂ ਡੈਡੀ ਮੇਰੇ ਹੱਥਾਂ ਨਾਲ ਬੁਣੀਆਂ ਅੱਛਾ ਕਿੱਥੇ ਹੁੰਦੀ ਆ ਜੀ ਇਦਾਂ ਨਹੀਂ ਪਹਿਲਾਂ ਡੈਡੀ ਨੇ ਹੱਥਾਂ ਨਾਲ ਬੁਣੀਆਂ ਜੋ ਤੂੰ ਲੈ ਲਿਆ ਨਾ ਜੋ ਤੇ ਕੰਨੀਆਂ ਪਾਉਣੀਆਂ ਵਿਸ਼ਾਲ ਹੋਣਾ ਇੱਕ ਹੀ ਤਾਂ ਠੰਡ ਨਹੀਂ ਲੱਗਦੀ ਮੋਟੀਆਂ ਤੇ ਕੰਨੀਆਂ ਓਹੋ ਹੀ ਜਾਈ ਮਾਂ ਮੋਟੀਆਂ ਡਰ ਲੱਗਦਾ ਸਿੱਖੋ ਸੀ ਆ ਗਿਆ ਜੋਗਾਰ ਖਾ ਗਿਆ ਠੋਗਾਰ
ਬੜੀ ਬੜੀ ਮੂਛ ਵਾਲਾ ਛੋਟੇ ਛੋਟੇ ਕੰਨ ਵਾਲਾ ਜਗਾਂਡੂ ਦੇਖੇ ਦਿਖਾਈ ਹੈ ਆਪਣੇ ਬੋਲ ਪੋਲ ਭਗਵਾੜੇ ਨੂੰ ਅੱਲਾ ਗੱਲਾ ਬਾਲਾ ਪੂਰਾ ਸ਼ਹਿਰ ਦਾ ਜਗਰ ਆ ਗਿਆ ਜਗਰ ਖਾ ਗਿਆ ਹੈ ਠਗਰ ਬਸ ਬਸ ਅਬ ਆਗੇ ਬਤਾਏਂਗੇ ਯਾਰ ਭੰਗੜਾ ਭੰਗੜਾ ਨਹੀਂ ਪਾਉਣਾ देखिए दिखाई है अपने भोलपुर भगवाड़े नो देखा हरे सारे और बढ़िया तो कपड़े की तो पाए आ सूट दे रहा है रंग बिरंगा माता नूं पसंद माता हाड़ी नूं पसंद बड़ा रंग बिरंगा किधर पाया रंग बिरंगा किधर लहा नहीं लिया लो जी जसलीन उठ गई है तो जसलीन दे पाती है मम्मी ने सैर दी पजामी ओ वाली पाओ मोटी इधर क्रियाटी दा चक्कर पै गया की गल क्रियाटी कड़ी बनानी है क्रियाटी लाओ भी कड़ी बनानी है कड़ी कि बननी है पानी दही हैगा ना दही ओही थोड़ा जा खट्टा जा कड़ी किथों बननी हुन नहीं हैगा मैं रखिया थोड़ा खोल ले सन थोड़ा सा मैं कहा नींबू ही ते आज बन रही है जी हड़े कड़ी कड़ी मैं बनानी है जी आलू वाली फ्राई आलू करके क्योंकि पकौड़े नहीं कड़े हैगे इस करके आलू वाली बनानी है तानू मंजूर है फिर ना के पकौड़े नहीं पाए ਮਨਜੂਰ ਠੀਕ ਠਾਕ ਗਿਆ ਕੰਮ ਠੀਕ ਠਾਕ ਗਿਆ ਮੈਂ ਸਬਜ਼ੀ ਲੈ ਲੈਣੀ ਸੀ ਭਾਈ ਤੋਂ ਭਾਈ ਚੱਲ ਵੀ ਗਿਆ ਹੁਣ ਘਰ ਬਾਕੀ ਸੋਹਣਾ ਲੱਗਣ ਦੇ ਆ ਹੋ ਹਾਂ ਇਦਾਂ ਲੱਗਦਾ ਕੋਠੀ ਵਿੱਚ ਫੜੇ ਸੀ ਹਾਂ ਹਾਂ ਉੱਥੇ ਫਰਿੱਜਰ ਆਉਂਦੇ ਅਸੀਂ ਪਾ ਲਈ ਕੋਠੀ ਬਈ ਸਾਨੂੰ ਮੋਜਾ ਹੀ ਮੋਜਾ ਬਾਕੀ ਹੁਣ ਇਹ ਇੰਨਾ ਕਿ ਤਾਂ ਹੋ ਗਿਆ ਸਾਡਾ ਗੇਟ ਦਾ ਰਹਿੰਦਾ ਆ ਤੱਕ ਤੇ ਅੱਜ ਆਪਾਂ ਉਹ ਹੌਲੀ ਅੱਜ ਹੌਲੀ ਹੌਲੀ ਹੋਣਾ ਕੱਲ ਵੀ ਬੀਜੀ ਸੀ ਥੋੜੇ ਕਿਉਂ ਗੈਸਟ ਆਏ ਸੀ ਕੱਲ ਵੀ ਤੇ ਅੱਜ ਵੀ ਬੀਜੀ ਸੀਗੇ ਆਪਾਂ ਇਹ ਗਏ ਸੀਗੇ ਤੇ ਉਹ ਤੁਸੀਂ ਦੇਖ ਲਿਆ ਹੁਣ ਉਧਰ ਨਾਲੇ ਨਾਲੇ ਉਦਾਂ ਵੀ ਨਾ ਕੰਮ ਸਾਡਾ ਤੁਸੀਂ ਸੋਚੇ ਜਾਵੇ ਬਹੁਤ ਆ ਹਲੇ ਆ ਫਰਸ਼ ਫੂਸ਼ ਪੈਣ ਵਾਲਾ ਆ ਉਧਰ ਇੱਟਾਂ ਲੱਗਣ ਵਾਲੀਆਂ ਆ ਉਹ ਤਾਂ ਫਿਰ ਜਦੋਂ ਥੋੜਾ ਜਿਹਾ ਹੋਊਗਾ ਕੰਮ ਸੈੱਟ ਫੇਰ ਲਗਾਵਾਂਗੇ ਹਲੇ ਤਾਂ ਨਹੀਂ ਕਰਨ ਵਾਲੇ ਕਿਉਂਕਿ ਹੁਣੇ ਰੰਗ ਕਰਵਾਇਆ ਤੁਹਾਡੇ ਸਾਹਮਣੇ ਕਹਿੰਦੇ ਮਾਤਾ ਤੁਹਾਡੀ ਪਤਲੀ ਪਤੰਗ ਆ ਪਤਲੀ ਪਤੰਗ ਮੇਰੀ ਚੁੰਨੀ ਇੱਧਰ ਆਈ ਮਾਤਾ ਮੰਮੀ ਦੇ ਸਿਰ ਦਾ ਰਾਜ ਕਹਿੰਦੇ ਮਾਤਾ ਤੁਹਾਡੀ ਪਤਲੀ ਪਤੰਗ ਨੂੰ ਸੂਟ ਬਹੁਤ ਸੋਹਣੇ ਲੱਗਦੇ ਆ ਨਾਲ ਸੇਧ ਇੱਧਰ ਮੈਂ ਕਿਹਨੂੰ ਮੋਟੀ ਹੋਣਾ ਮਾਤਾੜੀ ਦਾ ਸ਼ੌਂਕ ਸੀਗਾ ਮੋਟੀ ਹੋਣ ਦਾ ਪਰ ਉਹ ਸ਼ੌਂਕ ਵਿੱਚ ਹੀ ਰਹਿ ਗਿਆ ਪਰ ਮੋਟੀ ਨਹੀਂ ਹੋਈ ਮੋਟੀ ਨਹੀਂ ਹੋਈ ਮਾਤਾੜੀ ਪਰ ਉਹ ਕਿਹਦੀ ਲਾ ਦੇ ਤੁਸੀਂ ਜਵਾਨ ਲਾ ਦੇ ਕਿਦਾਂ ਨਹੀਂ ਆ ਆਪਾਂ ਤਾਂ ਨਹੀਂ ਨਾਲੇ ਪਤਲੇ ਆ ਮੇਰਾ ਵੀ ਮੋਟੀ ਹੋਣ ਨੂੰ ਮਾਤਾ ਨੂੰ ਇਹ ਕਹਿੰਦੀ ਅੱਡ ਬੋਟ 18 ਸਾਲਾਂ ਦੀ ਕੁੜੀ ਕੀ ਮਾਤਾ ਇਸ ਟਾਈਮ ਲੱਗਦੀ ਪਈ ਆ ਸਾਡੀ 18 ਸਾਲਾਂ ਦੀ ਤੇ ਮਾਤਾ ਸਾਡੀ ਮੋਟੀ ਹੋਣਾ ਚਾਹੁੰਦੀ ਸੀ ਪਰ ਨਹੀਂ ਹੋਈ ਤੁਸੀਂ ਸਾਰੇ ਜਣੇ ਆਪ ਦੱਸੋ ਮੰਮੀ ਵਾਲੇ ਮੈਂ ਨੋਹਾਂ ਦੇ ਮੁੰਡਾ ਲੱਗਦੇ ਆ ਦੱਸਿਓ ਤਿੰਨੇ रंग भी कहिंदे साफ आ ते इस करके रंग दा राज की है कदी लाया नहीं कुछ भी हैगा ओ भी किते जे किते मिल जे ते ला लेंगे नहीं तां नहीं तां नहीं मम्मी नेचुरल खूबसूरती आ मम्मी दी खूबसूरती दा राज मेरे तो कुछ लो सेन नूं जाओ बालन लैण गर्मी ना भेज के आओ घरे आपे रंग चमके आना आपे रंग चमके आंदा ते पसीना जिन्ना निकले हुण अपना करो जी कम कर ते बस मैं लगी हुण छुल्लण छुल्लण प्याज भूज ते कढ़ी इक साइड रख देनी आ ते फिर आटा गुन्नना आ रोटी बना के बिल ले कोई वीडियो बना के दिखाड़ूंगा तानू टीवी लगा हुंदा ते अखां मीटियां हुंदियां दिखाड़ूंगा तानू किसे दिन मैं ते ओह वी विच व्लॉग दे ऐड करूंगा किसे दिन मेरा टाइम लग्गिया ना ते बनाऊंगा टीवी एक वे दो वे तक चलता रहना इदा ही तो अखा मीटिया होनी टीवी चली जाना इदा नाटक दे दी माता आड़ी हाँ जी सत श्री अकाल जी सारिया पहले तो सारे इतने आप करते जी ब्लॉग का एंड
ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ, ਤੰਦਰੁਸਤੀਆਂ ਦੇਵੇ, ਤਰੱਕੀਆਂ ਦੇਵੇ। ਤੇ ਨਾਲੇ ਨਾ ਜਿਹੜੇ ਉਹ ਦੀਦੀ ਆਏ ਸੀ ਤੇ ਦੀਦੀ ਦਾ ਨਹੀਂ ਦਿਖਾਇਆ ਆਪਾਂ, ਤੇ ਬਟ ਜੋ ਉਹਨਾਂ ਨੇ ਲਿਆਂਦਾ ਗਿਫਟ ਮਿਲੇ ਬਹੁਤ ਜ਼ਿਆਦਾ ਵੱਡਾ, ਉਹ ਤੁਹਾਨੂੰ ਦਿਖਾਵਾਂਗੇ ਆਪਾਂ ਅਗਲੇ ਵਲੌਗ 'ਚ, ਹੈ ਨਾ। ਨੈਕਸਟ ਵਲੌਗ 'ਚ ਦਿਖਾਵਾਂਗੇ ਜੀ ਉਹ। ਤੇ ਬਾਕੀ ਜਿਹਨਾਂ ਨੇ ਕਮੈਂਟ ਕੀਤੇ, ਜਿਹਨਾਂ ਦੇ ਮਤਲਬ ਕਿ ਜਿਹਨਾਂ ਦੇ ਲਾਈਕ ਕਮੈਂਟਾਂ ਦੇ 20-30 ਆਏ, ਆਪਾਂ ਉਹ ਕਮੈਂਟ ਦੇ ਸਕਰੀਨਸ਼ਾਟ ਲਏ, ਆਪਾਂ ਉਹ ਨਾਮ ਲੈ ਦਈਏ ਪਹਿਲੇ। ਹੁਨਰਦੀਪ, ਹੁਨਰਦੀਪ ਕਹਿੰਦੇ ਨੇ ਸਵੇਰੇ ਸਭ ਤੋਂ ਸਭ ਦੇ ਘਰ ਇਹੀ ਹਾਲ ਹੁੰਦਾ ਆ, ਬੱਚਿਆਂ ਵਾਲੇ ਘਰ ਇੰਨੀ ਇੱਦਾਂ ਹੀ ਰਹਿੰਦੀ ਹੈ ਸਫਾਈ। ਅਤੇ 39 ਲਾਈਕ ਆਏ ਇਹਨਾਂ ਨੂੰ। ਇਸ ਤੋਂ ਬਾਅਦ ਅਗਲਾ ਜੀ ਆ ਗਿਆ ਇਹਨਾਂ ਦਾ ਕਮੈਂਟ ਆਏ, ਯੂਟਿਊਬ ਦਾ ਨੰਬਰ 1 ਬਲੌਗ, ਫਨੀ ਬਲੌਗ, ਥੈਂਕ ਯੂ ਜੀ PV07 ਵਾਲੇ। ਅਤੇ ਉਸ ਤੋਂ ਬਾਅਦ ਸੰਨੀ ਕੁਮਾਰ ਆ ਗਿਆ ਜੀ, ਅਮਨ ਦੀਦੀ ਸਾਸੂ ਮਾਂ ਬਹੁਤ ਚੰਗੀ ਆ, ਖੁਸ਼ ਰਿਹਾ ਕਰੋ ਹਮੇਸ਼ਾ, ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ, ਥੈਂਕ ਯੂ ਜੀ। ਉਸ ਤੋਂ ਬਾਅਦ ਆ ਗਏ ਜੀ ਗੁਰਦੀਪ ਕੌਰ। ਗੁਰਦੀਪ ਕੌਰ ਕਹਿੰਦੇ ਨੇ ਮਾਵਾਂ ਧੀਆਂ ਨੂੰ ਦੇਖ ਕੇ ਮਨ ਬਹੁਤ ਖੁਸ਼ ਹੋਇਆ। ਉਸ ਤੋਂ ਬਾਅਦ ਆ ਗਏ ਮੀਤ ਕੌਰ, ਭਾਜੀ ਤੁਹਾਨੂੰ ਬਹੁਤ ਤੁਹਾਨੂੰ ਵਰਤ ਰੱਖਣ ਦਾ ਬਹੁਤ ਜ਼ਿਆਦਾ ਫਾਇਦਾ ਹੋਇਆ, ਤੁਹਾਨੂੰ ਅਮਨ ਤੁਹਾਡੀ ਫੈਮਿਲੀ ਵਿੱਚ ਕਿੰਨਾ ਸਾਥ ਦਿੰਦੀ ਹੈ, ਤੁਹਾਡੇ ਨਾਲ ਸਾਰੇ ਕੰਮ ਕਰਾਉਂਦੀ ਹੈ, ਅਮਨ ਦੀ ਕਦਰ ਕਰਿਆ ਕਰੋ। ਅਤੇ ਤੁਹਾਡੀ ਮੰਮੀ ਡੈਡੀ ਬਹੁਤ ਚੰਗੇ ਆ, ਅਤੇ ਜੱਸੂ ਪੁੱਤ ਵੀ ਬਹੁਤ ਪਿਆਰਾ ਆ, ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋ। ਮੇਰਾ ਨਾਮ ਹੈਗਾ ਮਨਜੀਤ ਕੌਰ, ਆਸਟ੍ਰੇਲੀਆ ਤੋਂ ਆ ਜੀ। ਮਨਿੰਦਰ ਕੌਰ ਜੀ, ਸਬਜ਼ੀ ਬੈੱਡ 'ਤੇ ਨਾ ਕੱਟਿਆ ਕਰੋ ਜੀ, ਟੇਬਲ ਰੱਖ ਲਿਆ ਕਰੋ, ਚੁੱਲ੍ਹਿਆਂ ਕੋਲ ਕਧੋਲੀ ਕਰ ਲਵੋ, ਰੋਟੀ ਪਾਣੀ ਪਰ ਦੇ ਵਿੱਚ ਚੰਗਾ ਹੁੰਦਾ। ਠੀਕ ਆ ਜੀ ਵਰਿੰਦਰ ਕੌਰ ਜੀ। ਉਸ ਤੋਂ ਬਾਅਦ ਆ ਗਏ ਜੀ ਰਣਜੀਤ ਕੌਰ, ਮੈਂ ਹਰ ਰੋਜ਼ ਤੁਹਾਡੇ ਵਲੌਗ ਦੇਖਦੀ ਹਾਂ, ਅਮਨ ਬਹੁਤ ਵਧੀਆ ਲੱਗਦੇ ਆ, ਖੁਸ਼ ਰਿਹਾ ਕਰੋ, ਵਾਹਿਗੁਰੂ ਤਰੱਕੀਆਂ ਦੇਵੇ। ਰਣਜੀਤ ਕੌਰ ਮਾਨ USA ਤੋਂ। ਉਸ ਤੋਂ ਬਾਅਦ ਆ ਗਏ ਜੀ ਆਪਣੇ ਅਵਨੀਸ਼ੂ। ਅਮਨ ਭੈਣ ਬਹੁਤ ਸਾਰੀ ਸਿਆਣੀ ਆ, ਭੈਣ ਨੇ ਘਰ ਬਣਾਇਆ ਆਪਣੇ ਮੁਸੀਬਤਾਂ ਤੋਂ ਬਾਅਦ ਵੀ, ਆਪਣੀ ਸਾਸੂ ਮਾਂ ਨਾਲ ਬਹੁਤ ਪਿਆਰ ਕਰਦੀ ਹੈ, ਖੁਸ਼ ਰਹੋ ਭੈਣ, ਬਾਬਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਸਤਵਿੰਦਰ ਕੌਰ ਜੀ ਕਹਿੰਦੇ ਨੇ ਬਹੁਤ ਵਧੀਆ ਤੁਹਾਡੇ ਵਲੌਗ ਹੁੰਦੇ ਨੇ ਜੀ, ਤੁਹਾਡੀ ਵੀਡੀਓ ਦੇਖਣੀ ਆ, ਮੇਰਾ ਜਦੋਂ ਵਿਆਹ ਨਹੀਂ ਹੋਇਆ ਸੀ ਤੁਹਾਡੇ ਘਰ ਆਉਂਦੀ ਸੀ, ਵੈਸੇ ਮੈਂ ਤੁਹਾਡੀ ਭੂਆ ਲੱਗਦੀ ਹਾਂ, ਇੰਝ ਹੀ ਹਮੇਸ਼ਾ ਖੁਸ਼ ਰਹੋ, ਦੁਨੀਆ ਕਿਸੇ ਤਰ੍ਹਾਂ ਨਹੀਂ ਜਿਉਣ ਦਿੰਦੀ। ਠੀਕ ਆ ਜੀ, ਮੈਨੂੰ ਵੀ ਸ਼ਾਇਦ ਪਤਾ ਹੋਵੇ, ਦੱਸਿਓ ਜੀ ਕਮੈਂਟ ਬਾਕਸ ਵਿੱਚ ਕੌਣ ਸੀ। ਅਤੇ ਕਮਲਜੀਤ ਕੌਰ ਭਾਟੀਆ, ਅਮਨ ਜੀ ਤੁਹਾਡੇ ਮਦਰ ਇਨ ਲੋ ਬਹੁਤ ਨਾਈਸ ਨੇ। ਸੰਦੀਪ ਮਹਿਮੀ, ਬਹੁਤ ਵਧੀਆ ਵਲੌਗ ਨੇ, ਇੱਦਾਂ ਹੀ ਖੁਸ਼ ਰਹੋ। ਉਸ ਤੋਂ ਬਾਅਦ ਆ ਗਏ ਜੀ ਜੀਤ ਪ੍ਰਭ, ਅਸੀਂ ਤੁਹਾਡੇ ਰੋਜ਼ ਵਲੌਗ ਦੇਖਦੇ ਹਾਂ ਜੀ, ਮਾਤਾ ਬਹੁਤ ਵਧੀਆ ਘੈਂਟੇ ਵਲੌਗ ਬਣਾਉਂਦੀ ਆ ਅਤੇ ਵਧੀਆ ਰਹੋ। ਤਲੁੰਡੀ ਸੋ, ਮੇਰਾ ਨਾਮ ਆ ਜੀ ਮਨਦੀਪ, ਤਲੁੰਡੀ ਸੋਭਾ ਸਿੰਘ ਤੋਂ ਜੀ। ਸੁਖਵਿੰਦਰ ਸਿੰਘ ਜੀ ਆ ਗਏ ਨੇ, ਅੱਜ ਘਰ ਬਹੁਤ ਸੋਹਣਾ ਲੱਗ ਰਿਹਾ ਤੁਹਾਡਾ ਜੀ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਯੁਵਰਾਜ ਜੀ ਕਹਿੰਦੇ ਨੇ ਅਮਨ ਅਤੇ ਭਾਜੀ ਨੇ ਘਰ ਵਾਲੀ ਅੱਤ ਕਰਵਾ ਦਿੱਤੀ ਆ ਜੀ, ਬਹੁਤ ਵਧੀਆ ਲੱਗ ਰਿਹਾ, ਜਿਵੇਂ ਕਹਿੰਦੇ ਹੁੰਦੇ ਆ ਕਿ ਘਰ ਬਣਾਉਣੇ ਭਾਵੇਂ ਕੱਚੇ ਹੋਣ ਪਰ ਦਿਲਾਂ ਵਿੱਚ ਪਿਆਰ ਹੋਣਾ ਚਾਹੀਦਾ ਆ, ਸਾਡੇ ਘਰ ਵਿੱਚ ਇੱਦਾਂ ਸਭ ਕੁਛ ਲੱਗ ਰਿਹਾ ਆ। ਉਸ ਤੋਂ ਬਾਅਦ ਮਨਦੀਪ ਕੌਰ ਗਿੱਲ ਕਹਿੰਦੇ ਨੇ ਵੀਰੇ ਤੁਸੀਂ ਬਹੁਤ ਹਸਾਉਂਦੇ ਹੋ, ਬਹੁਤ ਵਧੀਆ ਲੱਗਦੇ ਹੋ, ਤੁਹਾਡੀਆਂ ਗੱਲਾਂ, ਗੋਡ ਬਲੈਸ ਯੂ ਵੀਰ ਜੀ, ਥੈਂਕ ਯੂ ਜੀ, ਥੈਂਕ ਯੂ। ਪੂਨਮ ਸ਼ਰਮਾ, ਮੈਂ ਤੁਹਾਡੇ ਵਲੌਗ ਰੋਜ਼ ਦੇਖਦੀ ਹਾਂ, ਥੈਂਕ ਯੂ, ਥੈਂਕ ਯੂ, ਤੁਹਾਨੂੰ ਮਿਲਣ ਨੂੰ ਦਿਲ ਕਰਦਾ ਹੈ, ਰੱਬ ਤੁਹਾਡੇ ਮਿਹਰ ਭਰੇ ਹੱਥ ਰੱਖੇ, ਜ਼ਰੂਰ ਆ ਜੀ, ਵੈਲਕਮ ਜੀ, ਜਦੋਂ ਮਰਜ਼ੀ ਆ ਜਿਓ ਜੀ। ਫਾਇਜ਼ਾ, ਚਲੋ ਜੀ, ਘਰ ਕੀ ਸਫਾਈ ਹੋ ਗਈ, ਬਹੁਤ ਵਧੀਆ ਹੋ ਗਿਆ, ਅੱਲਾਹ ਹੱਸਦੇ ਵਸਦੇ ਰੱਖੇ, ਪਾਕਿਸਤਾਨ ਤੋਂ ਆ ਜੀ ਇਹ, ਥੈਂਕ ਯੂ। ਅਤੇ ਉਸ ਤੋਂ ਬਾਅਦ ਆ ਗਏ ਜੀ ਅੰਮ੍ਰਿਤਸਰ ਤੋਂ, ਕੈਲੀਫੋਰਨੀਆ ਤੋਂ, ਆਂਟੀ ਜੀ ਦੇ ਸੂਟ ਚੂੜੀਆਂ ਹਮੇਸ਼ਾ ਹੀ ਸੋਹਣੇ ਹੁੰਦੇ ਨੇ, ਠੀਕ ਆ ਜੀ, ਥੈਂਕ ਯੂ ਜੀ, ਥੈਂਕ ਯੂ। ਉਸ ਤੋਂ ਬਾਅਦ ਆ ਗਏ ਜੀ ਨਿਰਮਲ ਸਿੱਧੂ, ਅਮਨ ਮੈਂ ਤੁਹਾਡੇ ਨਾਲ ਗੱਲ ਕਰਨਾ ਪਲੀਜ਼ ਜੀ, ਸਾਡਾ ਨੰਬਰ ਡਿਸਕ੍ਰਿਪਸ਼ਨ ਵਿੱਚ ਹੈਗਾ ਆ ਵਟਸਐਪ ਦਾ, ਉੱਥੇ ਤੁਸੀਂ ਮੈਸੇਜ ਕਰ ਸਕਦੇ ਹਾਂ, ਤੁਸੀਂ ਸਾਡੇ ਨਾਲ ਕੰਟੈਕਟ ਕਰਨਾ ਤਾਂ ਉੱਥੇ ਵਟਸਐਪ ਦੇ ਮੈਸੇਜ ਕਰ ਲਓ, ਤੇ ਨੰਬਰ ਸਾਡਾ ਤੁਸੀਂ ਦੇਖ ਲਿਆ ਉੱਥੇ, ਤੇ ਨੰਬਰ ਸਾਡਾ ਡਿਸਕ੍ਰਿਪਸ਼ਨ ਵਿੱਚ ਨੰਬਰ ਹੈਗਾ ਆ ਜੀ, ਹਾਂ YouTube ਤੇ ਜਾ ਕੇ ਤੁਸੀਂ ਡਿਸਕ੍ਰਿਪਸ਼ਨ ਵਿੱਚ ਨੰਬਰ ਦੇਖ ਸਕਦੇ ਹਾਂ, ਦੇਖਿਆ ਹੁੰਦਾ ਕਈਆਂ ਨਹੀਂ ਪਤਾ ਲੱਗਦਾ, ਤੇ ਨੰਬਰ ਉੱਥੇ ਦਿੱਤਾ, ਤੇ ਵਟਸਐਪ ਤੇ ਤੁਸੀਂ ਮੈਸੇਜ ਕਰ ਸਕਦੇ ਹਾਂ, ਸਾਡੇ ਨਾਲ ਕੰਟੈਕਟ ਕਰ ਸਕਦੇ ਹਾਂ, ਜਾਂ ਸਾਨੂੰ ਤੁਸੀਂ ਮੇਲ ਕਰ ਸਕਦੇ ਹਾਂ, ਹਾਂਜੀ, ਤੇ ਮੇਲ ਤੇ ਵੀ ਕੰਟੈਕਟ ਹੋ ਜਾਣਾ ਆ, ਇੰਸਟਾਗ੍ਰam ਤੇ ਸਨੈਪਚੈਟ ਤੇ ਸਾਡੇ ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਹੋ। ਤੇ ਉਸ ਤੋਂ ਬਾਅਦ ਦਲਜੀਤ ਕੁਮਾਰ, ਮੇਰੀ ਮੰਮੀ ਦਾ ਨਾਮ ਹੈਗਾ ਊਸ਼ਾ ਰਾਣੀ, ਮੇਰਾ ਨਾਮ ਹੈਗਾ ਅਮਨਦੀਪ ਕੌਰ, ਸਿਰਫਾਤਾ ਜੀ। ਮਨਦੀਪ ਕੌਰ ਕਹਿੰਦੇ ਨੇ ਹੈਲੋ ਦੀਦੀ, ਤੁਸੀਂ ਗੁੱਸਾ ਨਾ ਕਰਿਆ ਕਰੋ ਆਪਣੇ ਘਰ ਬੱਚਿਆਂ ਵਾਲਾ, ਆਪਾਂ ਨੂੰ ਬੈੱਡਸ਼ੀਟ 2 ਜਾਂ 3 ਦਿਨ ਬਾਅਦ ਬਦਲਣੀ ਚਾਹੀਦੀ ਹੈ, ਗੁੱਸਾ ਨਾ ਕਰੋ, ਨਹੀਂ ਕਰਦੇ ਜੀ ਆਪਾਂ ਕਦੋਂ ਗੁੱਸਾ ਕਰਨਾ, ਬੈੱਡਸ਼ੀਟ ਪਤਾ ਕੀ ਆ ਉਹ ਲਾਈਟ ਜਿਹਾ ਕਲਰ ਆ, ਤੇ ਇਸ ਕਰਕੇ ਮੈਂ ਜ਼ਿਆਦਾ ਰੱਖਿਆ ਆ, ਤੇ ਮੈਂ ਉਹ ਜਿਸਲੇ ਨਾ ਧੋ ਕੇ ਇਹਨੂੰ ਵਾਸ਼ ਕਰਕੇ ਤੇ ਸੁਕਾ ਕੇ ਮੈਂ ਫੇਰ ਸ਼ਾਮ ਨੂੰ ਵਿਛਾ ਲੈਂਦੀ। ਕਿਰਨ ਸੰਧੂ ਜੀ ਕਹਿੰਦੇ ਨੇ ਅਮਨ ਸੜਕਾਂ ਮੇਰੇ ਨਾਨਕੇ ਪਿੰਡ ਆ ਜੀ, ਪੋਰ ਐਡਰੈਸ ਦੱਸਿਓ, ਮੈਂ ਜ਼ਰੂਰ ਆਊਂਗੀ ਮਿਲਣਾ, ਵੈਲਕਮ ਜੀ, ਵੈਲਕਮ, ਜਦੋਂ ਮਰਜ਼ੀ ਆ ਜਿਓ ਜੀ ਮਿਲਣਾ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ।
ਤੇ ਪਿੱਪਲ ਨਹੀਂ ਚੰਗਾ ਹੁੰਦਾ ਘਰ ਦੇ ਵਿੱਚ ਕਹਿੰਦੇ ਦੀਕਸ਼ਾ ਸ਼ਰਮਾ ਦੀਦੀ ਮੇਰਾ ਨਾਮ ਲੈ ਦਿਓ ਮੈਨੂੰ ਬਹੁਤ ਸੋਹਣੇ ਲੱਗਦੇ ਦੀਕਸ਼ਾ ਸ਼ਰਮਾ ਜੀ ਉਸ ਤੋਂ ਬਾਅਦ ਆ ਗਏ ਜੀ ਆਹ ਲੈ ਗਿਆ ਲਾਸਟ ਪੂਨਮ ਕੌਰ ਅਮਨ ਭੈਣ ਤੁਸੀਂ ਨੰਬਰ ਤਾਂ ਦੇ ਦਿਓ ਨਹੀਂ ਮੈਂ ਜਦੋਂ ਇੰਡੀਆ ਆਈ ਜ਼ਰੂਰ ਤੁਹਾਡੇ ਘਰ ਆਵਾਂਗੇ ਜ਼ਰੂਰ ਆ ਜਿਓ ਜੀ ਵੈਲਕਮ ਡਿਸਕ੍ਰਿਪਸ਼ਨ ਵਿੱਚ ਸਾਡਾ ਨੰਬਰ ਹੈਗਾ ਆ ਉੱਥੇ ਤੁਸੀਂ ਮੈਸੇਜ ਕਰ ਸਕਦੇ ਸਾਨੂੰ ਵਟਸਐਪ ਤੇ ਉੱਤੇ ਆਪਣੇ ਤੁਸੀਂ ਮੇਲ ਵੀ ਕਰ ਸਕਦੇ ਸਾਨੂੰ ਤੇ ਮੇਲ ਵੀ ਕਰ ਸਕਦੇ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਆ ਸਨੈਪਚੈਟ ਤੇ ਕਰ ਸਕਦੇ ਆ ਤੇ ਥੋੜੀ ਦਿੱਕਤ ਤਾਂ ਆਉਣੀ ਹੈ ਮੈਸੇਜ ਕਰਨ ਲੱਗੇ ਸਾਨੂੰ ਵੀ ਦੇਖਣ ਲੱਗੇ ਥੋੜਾ ਮੈਸੇਜ ਬਹੁਤ ਸਾਰੇ ਆਏ ਹੁੰਦੇ ਆ ਤੇ ਤੁਸੀਂ ਕਰ ਦੋਗੇ ਕੀਤਾ ਹੋਊਗਾ ਤਾਂ ਆਪਾਂ ਦੇਖ ਲਵਾਂਗੇ ਅੱਜ ਨਹੀਂ ਕੱਲ ਨਹੀਂ ਦੇਖਾਂਗੇ ਜ਼ਰੂਰ ਤੇ ਬਾਕੀ ਜੀ ਹੋ ਗਏ ਜੀ ਇਹ ਤਾਂ ਹੁਣ ਆਪਾਂ ਰਹਿ ਗਏ ਹੈਗੇ ਨਾਮ ਜਿਹਨਾਂ ਦੇ ਲੈਣੇ ਆ ਤੇ ਨਾਮ ਵੀ ਲੈ ਦਈਏ ਹੁਣ ਜੀ ਪਹਿਲਾ ਨਾਮ ਹੈਗਾ ਗੁਰਜੀਵਨ ਸਿੰਘ ਜੀ ਸਤਵਿੰਦਰ ਕੁਮਾਰੀ ਨੇਹਾ ਸਿੰਪਲੇ ਨਿਰਮਲ ਸੰਧੂ ਗੱਲ ਕਰਨੀ ਹੈ ਕਹਿ ਤਾ ਅਵਨੀਤ ਕੌਰ ਸੈਫਾਬਾਦ ਤੋਂ ਜੀ ਊਸ਼ਾ ਰਾਣੀ ਦਲਜੀਤ ਕੁਮਾਰ ਰਣਵੀਰ ਸਿੰਘ ਜਿਮਨੀ 6272 ਡੇਲੀ ਸਾਨੂੰ ਕਮੈਂਟ ਕਰਦੇ ਆ ਸੰਦੀਪ ਮੈਮੀ ਨੇਹਾ ਭੋਗਪੁਰ ਤੋਂ ਰਕੇਸ਼ ਸੰਜਨਾ ਸ਼ਰਮਾ ਪੁਨੀਤ ਮਨਹਾਸ ਨਵਨੀਤ ਕੌਰ ਰੁੜਕੀ ਕਲਾਂ ਤੋਂ ਦੀਪ ਰਾਮਗੜੀਆ ਬੇਟਾ ਪੂਜਾ ਰਾਣੀ ਹੰਸਨੀਪੁਰ ਤੋਂ ਬਨੀਤ ਸ਼ਮਸ਼ੀਰ ਤੋਂ ਮਨੀ ਕਮਲ ਇਟਲੀ ਤੋਂ ਅਰਮਾਨ ਜੋਤੀ ਸੰਗਰ ਤੋਂ ਹਰਸ਼ਰਨ ਸਿੰਘ ਰਾਮਗੜੀਆ ਹੁਸ਼ਿਆਰਪੁਰ ਤੋਂ ਸੀਮਾ ਜੱਸਲ ਇਟਲੀ ਤੋਂ ਮਮਤਾ ਬਲਜੀਤ ਮੋਰਾਵਾਲੀ ਤੋਂ ਕਿਰਨ ਰਾਮਪਾਲ ਸੱਜਣਾ ਸ਼ਰਮਾ ਫਗਵਾੜੇ ਤੋਂ ਪ੍ਰਦੀਪ ਸਿੰਘ ਕਿਰਨ ਦੀਪਕ ਕੈਨੇਡਾ ਤੋਂ ਮੌਂਟਰੀਅਲ ਤੋਂ ਉਸ ਤੋਂ ਬਾਅਦ ਆ ਗਏ ਨੈਨਸੀ ਗੁਰਜਾਨ ਮੈਮੀ ਫਲੌਰ ਤੋਂ ਬੌਬੀ ਭੱਟੀ ਸੁਲਤਾਨਪੁਰ ਲੋਧੀ ਤੋਂ ਪ੍ਰਭਜੋਤ ਕੌਰ ਅੰਮ੍ਰਿਤਸਰ ਤੋਂ ਰਜ ਸੁੱਖੀ ਨਵਨੀਤ ਗੁਰਵੀਤ ਇਹ ਤਾਂ ਲੈ ਰਜਿੰਦਰ ਰਾਜਵਿੰਦਰ ਸੁਰਜੀਤ ਯੂਕੇ ਤੋਂ ਹਰਦੀਪ ਕੌਰ ਹੁਸ਼ਿਆਰਪੁਰ ਤੋਂ ਸਰਬਜੀਤ ਕੌਰ ਮੋਗਾ ਤੋਂ ਅਤੇ ਪਰਮਜੀਤ ਕੌਰ ਮਨਗਿੱਲ ਲੁਧਿਆਣਾ ਤੋਂ ਗੁਰਨਾਜ ਧਾਲੀਵਾਲ ਹਰਵਿੰਦਰ ਜੈਭੀਮ ਜੈਵਿਨ ਕੌਰ ਕੈਨੇਡਾ ਤੋਂ ਰਮਨ ਬਰਾੜ ਕਿਰਨ ਸੁਮਨ ਸਾਈਪ੍ਰਸ ਤੋਂ ਪੀਸ਼ੂ ਮਾਨਸਾ ਮੀਨੂ ਮਾਨਸਾ ਅਮਨਦੀਪ ਸਾਈਪ੍ਰਸ ਤੋਂ ਗੈਵਿਨ ਅਵਨੀ ਬੀਨਾ ਚੂਬਰ ਇਟਲੀ ਤੋਂ ਕੋਮਲ ਮਨਦੀਪ ਕੌਰ ਸ਼ਰਮਾ ਜੋਤ ਲੁਧਿਆਣੇ ਤੋਂ ਜਹਮਤ ਮਨੀ ਰਾਧਿਕਾ ਅਮਨ ਜਲੰਧਰ ਤੋਂ ਜਸਵਿੰਦਰ ਕੌਰ ਅਕਾਲਗੜ੍ਹ ਲੁਧਿਆਣੇ ਤੋਂ ਰੋਹਿਤ ਲੁਧਿਆਣੇ ਤੋਂ ਹਰਗੁਣ ਸਿੰਘ ਰਾਜਦੀਪ ਕੌਰ ਜਲੰਧਰ ਬੁਲੰਦਪੁਰ ਤੋਂ ਮਨਜੀਤ ਕੌਰ ਜਰਮਨ ਤੋਂ ਮਨਜੀਤ ਕੁਲਦੀਪ ਚਰਨਜੀਤ ਕੌਰ ਮੋਗਾ ਤੋਂ ਮਨਪ੍ਰੀਤ ਰਿਹਾਨ ਪ੍ਰੀਤੀ ਦਿੱਲੀ ਤੋਂ ਗੁਰਫਤਿਹ ਸਿੰਘ ਸੁੱਖੀ ਭੁੱਲਰ ਮਨੀਲਾ ਤੋਂ ਹੁਸ਼ਿਆਰਪੁਰ ਹਰਪ੍ਰੀਤ ਕੌਰ ਉਸ ਤੋਂ ਬਾਅਦ ਮਨਦੀਪ ਪ੍ਰਦੀਪ ਕੌਰ ਢੀਂਡਸਾ ਭੋਗਪੁਰ ਤੋਂ ਦਸੂਆ ਹਿੰਮਤਪੁਰ ਆਰਤੀ ਜਸਪ੍ਰੀਤ ਕੌਰ ਪਟਿਆਲੇ ਤੋਂ ਡਿੰਪਲ ਸ਼ਰਮਾ ਜੀਰਾ ਤੋਂ ਸਿਮਰਨ ਜੰਮਨ ਡੋਲੀ ਜੰਮੂ ਤੋਂ ਆ ਸਿਮਰਨ ਵੀ ਜੰਮੂ ਤੋਂ ਡੋਲੀ ਵੀ ਜੰਮੂ ਤੋਂ ਰੂਬੀ ਪਲ ਪਰਮਜੀਤ ਕੌਰ ਕਹਿੰਦੇ ਲਾਦੜੇ ਤੋਂ ਤੇਰੇ ਸਾਡਾ ਪਿੰਡ ਪ੍ਰਿਆ ਸ਼ਰਮਾ ਜੀ ਮਜੀਠੇ ਤੋਂ ਸਿਮਰਨ ਗੁਰਦਾਸਪੁਰ ਤੋਂ ਰਵੀ ਸਿੰਘ ਲਾਡੀ ਸਿੰਘ ਕੈਨੇਡਾ ਤੋਂ ਹੈਪੀ ਰਮਨਦੀਪ ਵਿੱਕੀ ਇਟਲੀ ਵਾਲੇ ਪਰਮਜੀਤ ਕੌਰ ਹੁਸ਼ਿਆਰਪੁਰ ਤੋਂ ਮਨਦੀਪ ਤਰਵੰਡੀ ਤੋਂ ਸੋਭਾ ਸਿੰਘ ਰਣਜੀਤ ਕੌਰ ਮਾਨ ਯੂਐਸਏ ਤੋਂ ਲਓ ਜੀ ਨਾਮ ਹੋ ਗਿਆ ਕੰਪਲੀਟ ਅਤੇ ਬਾਕੀ ਵਿੱਚ ਮੈਂ ਨਾਮ ਦੇਖੇ ਆ ਕਿ ਦੋ ਦੋ ਵਾਰੀ ਰਿਪੀਟ ਹੋਏ ਆ ਤੁਸੀਂ ਫੁੱਲ ਬਲੌਗ ਦੇਖਿਆ ਕਰੋ ਨਾਮ ਵਾਲਾ ਜਿਹੜਾ ਹੁੰਦਾ ਆ ਅਤੇ ਨਾਮ ਸਾਰਿਆਂ ਦੇ ਲਏ ਹੁੰਦੇ ਆ ਕਿਸੇ ਵੇਲੇ ਤੁਸੀਂ ਬਲੌਗ ਨਹੀਂ ਦੇਖਦੇ ਤਾਂ ਫਿਰ ਨਾਮ ਤੁਸੀਂ ਕਹਿੰਦੇ ਸਾਡਾ ਲਿਆ ਨਹੀਂ ਹੈਗਾ ਨਾਮ ਲਿਆ ਹੁੰਦਾ ਆ ਕਿਸੇ ਵੇਲੇ ਕੋਈ ਮਿਸਟੇਕ ਹੋ ਜਾਂਦੀ ਇੱਕ ਅੱਧਾ ਨਾਮ ਨਾ ਲਿਆ ਹੋਵੇ ਤੇ ਬਾਕੀ ਜਿਹੜਾ ਨਾਮ ਨਹੀਂ ਲਿਆ ਹੋਇਆ ਅੱਜ ਦੇ ਬਲੌਗ ਵਿੱਚ ਤੁਸੀਂ ਲਿਖ ਦਿਓ ਤੇ ਨੈਕਸਟ ਬਲੌਗ ਵਿੱਚ ਲਿਖ ਦਿਓ ਤੁਹਾਡੇ ਨਾਮ ਲਿਆ ਹੋ ਜੂਗੇ ਚਲੋ ਠੀਕ ਹੈ ਜੀ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਦੇਵੇ ਤਰੱਕੀਆਂ ਦੇਵੇ ਇੱਥੇ ਆਪਾਂ ਕਰਦੇ ਹਾਂ ਬਲੌਗ ਦਾ ਐਂਡ ਬਾਏ ਬਾਏ ਸਾਰਿਆਂ ਨੂੰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਪਿਆਰਾ ਜਿਹਾ ਕਮੈਂਟ ਕਰਿਓ ਨਾਮ ਲਿਖਣ ਵਿੱਚ ਬਹੁਤ ਮਿਹਨਤ ਆਉਂਦੀ ਆ ਦੇਖੋ ਇਕੱਲਾ ਇਕੱਲਾ ਨਾਮ ਕੱਢ ਕੇ ਲਿਖਣਾ ਪੈਂਦਾ ਹੈ ਇਸ ਕਰਕੇ ਜ਼ਰੂਰ ਦੱਸਿਓ ਜਿਹਨਾਂ ਦੇ ਨਾਮ ਲਏ ਆ ਸਾਨੂੰ ਦੱਸ ਦਿਓ ਰਿਪਲਾਈ ਜ਼ਰੂਰ ਕਰਿਆ ਕਰੋ ਬਾਏ 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 ਬਾਏ